सी देख रहे हो सांझ टीवी न्यूज पोर्टल। 21 जून नूं विधायक अमरजीत सिंह सदोआ दे पिंड बईहारां विच खान खंड संबंधित होए झगड़े विच मुख आरोपी अजविंदर सिंह अते बचिंदर सिंह दी जमानत हो गई है। इस मामले संबंधी 5 आरोपियां दी पहले ही जमानत हो गई है अते 1 आरोपी अमृत दे पक्ष विच MLA दा PA बयान दे चुका है अते दूजे पासे पहले जमानत हासिल कर चुकिया गोल्डी ने कहा कि हुण सारयां नूं जमानत मिल चुकी है ते केस उहनां दे पक्ष विच ही होवेगा ते उहनां नूं अदालत उपर पूरा भरोसा है। ਜਿਹੜੀ ਹੈ 307 ਦੀ ਅਕਰੰਸ ਡਾਊਟਫੁੱਲ ਹੋਈ ਨਹੀਂ ਕਿਉਂਕਿ ਮਾਈਨਰ ਸਕਾਫਲ ਹੈ ਔਰ ਇਹਦੇ 'ਚ ਬਾਕੀ ਇੱਕ ਜਿਹੜਾ ਮੁਲਜ਼ਮ ਹੈ ਅੰਮ੍ਰਿਤ ਉਹਦੇ ਬਾਰੇ ਤੋਂ ਵਾਪੀ ਦੇ ਗਿਆ ਮਦਈ ਬਿਆਨ ਜਿਹੜਾ ਇਹਦਾ ਸੰਦੋਹਾ ਸਾਹਿਬ ਦਾ MLA ਦਾ PA ਸੀਗਾ ਉਹਨੂੰ ਤਾਂ ਉਹਨਾਂ ਨੇ ਇਨੋਸੈਂਟ ਕਹਿਤਾ ਅਤੇ ਇਹ ਪੁਰਾਣੀ ਉਹੀ ਸਾਰੀ ਕਹਾਣੀ ਹੈ ਕਿਉਂਕਿ ਉੱਥੇ ਕਰ ਦਿੱਤੀ ਗਏ ਇਹਨਾਂ ਦਾ ਮਤਲਬ ਕੀ ਸੀ ਉੱਥੇ ਜਾਣ ਦਾ ਔਰ ਰਾਦਰ ਜਿਹੜੀ ਉੱਥੇ SDM ਦੀ ਰਿਪੋਰਟ ਆ ਉਹ ਕਹਿੰਦੇ ਲੀਗਲ ਮਾਈਨਿੰਗ ਹੋ ਰਹੀ ਸੀ ਅਤੇ ਅਸੀਂ ਇਹੀ ਕਿਹਾ ਕਿ ਸਾਡੀ ਤਾਂ ਉੱਥੇ ਕਾਊਂਟਰ ਕੰਪਲੇਂਟ ਪੁਲਿਸ ਦੇ ਕੋਲ ਪਈ ਹੈ ਔਰ ਇਹਨਾਂ ਨੇ ਐਲੀਗੇਸ਼ਨ ਲਾਇਆ ਕਿ ਪੈਸੇ ਲੈਣ ਗਿਆ ਸੀ ਪਹਿਲਾਂ ਵੀ ਲੈਂਦਾ ਸੀਗਾ ਇਸ ਕਰਕੇ ਦੇਅਰ ਵਾਜ਼ ਨੋ ਇੰਟੈਂਸ਼ਨ ਟੂ ਮਰਡਰ ਜਿਹੜਾ ਇਹਨਾਂ ਨੇ ਚਾਰਜ ਲਾਇਆ ਐਲੀਗੇਸ਼ਨ ਲਾਇਆ FIR ਟੋਟਲੀ ਰੋਂਗ ਹੈ ਕੋਈ ਕਿਸੇ ਕੋਲ ਵੈਪਨ ਨਹੀਂ ਸੀ ਕੋਈ ਕਿਸੇ ਕੋਲ ਉਹ ਨਹੀਂ ਸੀ ਸਿੰਪਲ ਜਿਹੜਾ ਹੈ ਸਕਫਲ ਹੈ ਇਸ ਕਰਕੇ ਕੋਰਟ ਨੇ ਕਿਹਾ ਕਿ ਅਜਿਸਟਡ ਜਿਹੜਾ ਹੈ ਡਿਬੇਟੇਬਲ ਪੁਆਇੰਟ ਹੈ ਰਿਲੇਟਿਵਲੀ ਡਿਸਾਈਡਡ ਐਟ ਦੀ ਟਾਈਮ ਆਫ ਟ੍ਰਾਇਲ ਅਤੇ ਬੇਲ ਵਾਸਤੇ ਕੋਈ ਇਹਨਾਂ ਦਾ ਐਸਾ ਇੰਪੈਡੀਮੈਂਟ ਨਹੀਂ ਕਿ ਬੇਲ ਨਾ ਦਿੱਤੀ ਜਾਵੇ ਇਹਨਾਂ ਨੂੰ ਕਿਉਂਕਿ ਬੇਲ ਇਜ਼ ਦੀ ਰੂਲ ਬੇਲ ਇਜ਼ ਦੀ ਐਕਸੈਪਸ਼ਨ ਅਤੇ ਦੇ ਹੈਵ ਆਲਰੇਡੀ ਰਿਮੇਂਡ ਇਨ ਦੀ ਕਸਟਡੀ। ਵਕੀਲ ਸਾਹਿਬ ਕੀ ਸਟੇਟਸ ਕੀ ਹੈ ਹੁਣ ਪਹਿਲਾਂ ਕਿਹਦੀ ਕਿਹਦੀ ਬੇਲ ਹੋਈ ਸੀ ਅਤੇ ਹੁਣ ਜਿਹੜੇ ਮੁੱਖ ਆਰੋਪੀ ਕੀ ਨਾਮ ਨੇ ਉਹਨਾਂ ਦੇ ਬੇਲ ਹੋ ਗਈ ਬਸ ਜਿਹੜੇ ਇਸ ਕੇਸ 'ਚ ਦੋਸ਼ੀ ਸੀਗੇ ਇਹੀ ਸੀ ਅਜਵਿੰਦਰ ਸਿੰਘ ਐਂਡ ਦੂਸਰਾ ਇੱਕ ਹੋਰ ਇਹਦੇ ਨਾਲ ਬਚਿੱਤਰ ਸਿੰਘ ਸਾਰਿਆਂ ਦੀ ਬੇਲ ਹੋ ਗਈ ਇਸ ਕਰਕੇ ਹੁਣ ਕੋਈ ਉਹ ਨਹੀਂ। ਠੀਕ ਜਿਹੜੀਆਂ ਸਾਡੇ 'ਤੇ ਗਲਤ ਧਾਰਾ ਲਾਈਆਂ ਸੀਗੀਆਂ ਜੀ ਉਹ ਅਦਾਲਤ ਨੇ ਸਾਨੂੰ ਇਨਸਾਫ ਦਿੱਤਾ ਜੀ ਅੱਗੇ ਵੀ ਸਾਨੂੰ ਇਨਸਾਫ ਦੀ ਉਮੀਦ ਹੈ ਜੀ ਅਤੇ ਜਿਹੜਾ ਜੀ 307 ਸਾਡੇ 'ਤੇ ਨਹੀਂ ਬਣਦੀ ਸੀਗੀ ਜੀ ਅਤੇ ਇਹ ਅਦਾਲਤ ਨੇ ਸਾਨੂੰ ਇਨਸਾਫ ਦਿੱਤਾ ਜੀ ਅੱਗੇ ਤੋਂ ਵੀ ਸਾਨੂੰ ਇਨਸਾਫ ਦੀ ਉਮੀਦ ਹੈ ਜੀ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ ਸਪੈਸ਼ਲ ਸਟੋਰੀਜ਼ ਲਾਈਵ ਕੰਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।